स्नेहा धीर सांधा पंजाब टीवी अमृत कोई नहीं गल कोई गल नहीं भाजी कोई गल नहीं सोनी साहब एक मिनट फोटो कर लिए एक मिनट सोनी साहब ठीक है सोनी साहब ਮਾਣਦੀ ਗੱਲ ਹੈ ਕਿ ਸਾਡੇ ਵਿੱਚ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਸ਼੍ਰੀ ਓ ਪੀ ਸੋਨੀ ਜੀ ਜਿਹੜੇ ਨੇ ਆਏ ਹੈ ਅਸੀਂ ਭਾਟੀਆ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਭਾਟੀਆ ਬਰਾਦਰੀ ਵੱਲੋਂ ਆਪਣੇ ਪਰਿਵਾਰਾਂ ਲਈ ਮਦਦ ਬਰਾਦਰੀ ਵੱਲੋਂ ਆਉਂਦੀ ਰਹਿੰਦੀ ਹੈ ਜਿਹਦੇ ਵਿੱਚ ਜਿਹੜੇ ਬੱਚੇ ਔਰ ਰਾਸ਼ਨ ਵੀ ਵੰਡੀਦਾ ਔਰ ਕੰਬਲ ਵਗੈਰਾ ਜੋ ਕੁਛ ਵੀ ਹੋ ਸਕਦਾ ਸੰਭਵ ਹੋ ਸਕਦਾ ਭਾਟੀਆ ਬਰਾਦਰੀ ਵੱਲੋਂ ਸਿਲਾਈ ਮਸ਼ੀਨਾਂ ਵੀ ਔਰ ਇਹਦੇ ਲਈ ਸਾਨੂੰ ਸ੍ਰੀ ਓ ਪੀ ਸੋਨੀ ਸਾਹਿਬ ਦਾ ਹਮੇਸ਼ਾ ਹੀ ਸਹਿਯੋਗ ਰਹਿੰਦਾ ਉਹਨਾਂ ਦਾ ਅਸ਼ੀਰਵਾਦ ਰਹਿੰਦਾ ਹੈ ਓ ਪੀ ਸੋਨੀ ਸਾਹਿਬ ਨੂੰ ਵੀ ਆਪਣੇ ਭਾਟੀਆਂ ਦਾ ਔਰ ਅਸੀਂ ਅੱਜ ਸਾਡੇ ਇੱਥੇ ਹੋਣ 'ਤੇ ਅਸੀਂ ਸ਼੍ਰੀ ਓ ਪੀ ਸੋਨੀ ਸਾਹਿਬ ਡਿਪਟੀ ਚੀਫ ਮਿਨਿਸਟਰ ਸਾਹਿਬ ਦਾ ਭਾਟੀਆ ਬਰਾਦਰੀ ਅੱਜ ਭਾਟੀਆ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਜਿਹੜਾ ਹੈ ਉਹ ਫੰਕਸ਼ਨ ਕੀਤਾ ਜਾ ਰਿਹਾ ਇਸ ਫੰਕਸ਼ਨ 'ਚ ਉਹ ਗਰੀਬਾਂ ਨੂੰ ਜਿਹੜੇ ਬੜੇ ਨੀਡੀ ਨੇ ਉਹਨਾਂ ਦੀ ਹੈਲਪ ਲਈ ਰਾਸ਼ਨ ਵੀ ਦਿੱਤਾ ਜਾ ਰਿਹਾ ਇਹਨਾਂ ਨੂੰ ਕੰਬਲ ਵੀ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਮੈਂ ਸਮਝਦਾ ਸਾਡੀ ਭਾਟੀਆ ਬਰਾਦਰੀ ਬਹੁਤ ਸੇਵਾ ਕਰ ਰਹੀ ਹੈ ਸਮਾਜ ਦੀ ਸੋ ਮੈਂ ਪਹਿਲਾਂ ਵੀ ਕਿਹਾ ਸੇਵਾ ਉਹ ਇਨਸਾਨ ਕਰਦੇ ਨੇ ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸੋ ਅਸ਼ੋਕ ਭਾਟੀਆ ਜੀ ਜਿਹੜੇ ਪ੍ਰਧਾਨ ਨੇ ਸੋਸਾਇਟੀ ਦੇ ਮੋਤੀ ਭਾਟੀਆ ਜੀ ਜਿਹੜੇ ਸੈਕਟਰੀ ਨੇ ਸੋ ਇਹਨਾਂ ਦਾ ਹਮੇਸ਼ਾ ਹੀ ਸਾਨੂੰ ਸਾਥ ਵੀ ਰਿਹਾ ਸਾਡੀ ਕਾਂਗਰਸ ਪਾਰਟੀ ਇਹਨਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਸਤਿਕਾਰ ਕੀਤਾ ਪਰ ਕਾਂਗਰਸ ਪਾਰਟੀ ਹਮੇਸ਼ਾ ਇਹਨਾਂ ਨਾਲ ਜੁੜੀ ਹੈ ਸ਼ੁਰੂ ਤੋਂ ਸੋ ਹੁਣ ਵੀ ਇਸ ਬਰਾਦਰੀ ਦੇ ਸਾਡੀ ਕਾਰਪੋਰੇਸ਼ਨ 'ਚ ਦੋ ਕੌਂਸਲਰ ਵੀ ਨੇ ਮੋਤੀ ਭਾਟੀਆ ਜੀ ਆਪਣੀ ਡਿਊਟੀ ਨਿਭਾ ਰਹੇ ਨੇ ਜੀਤ ਸਿੰਘ ਭਾਟੀਆ ਜੀ ਨੇ ਸੋ ਮੈਂ ਸਮਝਦਾ ਕਿ ਬਰਾਦਰੀ ਜਿਹੜੀ ਹੈ ਇਹ ਜਿੱਥੇ ਪੋਲੀਟੀਕਲ ਲੈਵਲ 'ਤੇ ਸੇਵਾ ਕਰ ਰਹੀ ਹੈ ਉੱਥੇ ਇਹ ਸਮਾਜ ਦੀ ਸੇਵਾ ਲਈ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀ ਹੈ ਸੋ ਮੈਂ ਅੱਜ ਹਾਜ਼ਰ ਹੋਇਆ ਹਮੇਸ਼ਾ ਜਦੋਂ ਯਾਦ ਕਰਦੇ ਨੇ ਮੈਂ ਆਪਣੀ ਹਾਜ਼ਰੀ ਇੱਥੇ ਆਣ ਕੇ ਲਾਉਂਦਾ ਸੋ ਅੱਜ ਦੇ ਫੰਕਸ਼ਨ ਦੀ ਫਿਰ ਇੱਕ ਵਾਰ ਇਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਧੰਨਵਾਦ